आप सरकार वालों स्कूली बच्चों नाल हुंदी लुट खसुट नूं रोकण दे लई लखां दावे किते जा रहे ने, पर दुकानदारां वालों किताबां वेचण वालियां वालों और स्कूल वालियां दी मिली भुगत दे नाल बच्चों की लुट खसुट अजे भी ज्यों दी त्यों ही जारी है। एक मामला सामने आया है, पंजवीं जमात की विद्यार्थन है जिस नूं 130 रुपए वाली किताब जिहड़ी है उहदे उत्ते जाली प्रिंट लगा के 250 रुपए दे विच वेचिया जांदा है। तो साडे नाल उह विद्यार्थन है, बेटा की नाम है अपना? हरसिमरनदीप कौर है मेरा नाम। ਕਿਹੜਾ ਸਕੂਲ ਆਪਣਾ? ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਹਿਤਾ ਚੌਂਗ। ਤੇ ਬੇਟਾ ਕੀ ਸਕੂਲ ਦੀ ਜਿਹੜੀ ਕਿਤਾਬ ਆ ਉਹਦੇ ਨਾਲ ਉਹ ਕੀ ਮਾਮਲਾ ਹੈ ਸਰ? ਮੈਂ ਜਦੋਂ ਮਤਲਬ ਕਿ ਬੁੱਕ ਲਈ ਨਾ ਮੇਰੀ ਫਰੈਂਡ ਨੇ ਬੋਲਿਆ ਕਿ ਇਹ 130 ਦੀ ਤੇ ਤੂੰ 200 ਦੀ ਕਿਵੇਂ ਲਿਆਈ, ਤੇ ਉਹਦੇ ਜਿਹੜੇ ਪਾਪਾ ਸੀ ਉਹ ਦੁਕਾਨ 'ਚ ਕੰਮ ਕਰਦੇ ਸੀ ਕਿਤਾਬਾਂ ਵਾਲੀ ਦੁਕਾਨ 'ਚ ਹਨਾ, ਤੇ ਉਹ ਆਂਦੀ ਕਿ ਤੂੰ ਇਹ ਬੁੱਕ ਫੇਰ ਵਟਾ ਕੇ ਤੇ ਦੂਸਰੀ ਲੈ ਕੇ ਆ, ਜਿੰਨਾ ਚਿਰ ਤੈਨੂੰ ਤੇਰੇ ਪੂਰੇ ਪੈਸੇ ਨਹੀਂ ਨਾ ਮਿਲ ਜਾਂਦੇ ਤੂੰ ਉੱਥੇ ਦੁਕਾਨ ਤੋਂ ਨਾ ਆਈ, ਹੈ ਨਾ। ਉਹ ਤੋਂ ਬਾਅਦ ਮੇਰੇ ਅਗਲੇ ਦਿਨ ਪਾਪਾ ਗਏ ਤੇ ਆਂਦੇ ਕਿ ਉਹ ਦੁਕਾਨ ਨਾਲ ਮਤਲਬ ਕਿ ਵਾਹਵਾ ਲੜਾਈ ਹੋਈ, ਤੇ ਉਹ ਤੋਂ ਬਾਅਦ ਉਹਨਾਂ ਨੇ ਮਤਲਬ ਕਿ ਕਿਹਾ ਕਿ ਮੇਰੇ ਤੋਂ ਤਾਂ ਕੋਈ ਬੁੱਕ ਹੀ ਨਹੀਂ ਖੜੇ। ਉਹ ਤੋਂ ਬਾਅਦ ਉਹਨਾਂ ਨੇ ਮਤਲਬ ਪੈਸੇ ਵਾਪਸ ਕਰਤੇ ਸੀ। ਬੇਟਾ ਕਿਹੜੀ ਕਿਤਾਬ ਆ, ਕਿਤਾਬ ਖਾਓਗੇ ਸਾਨੂੰ? ਕਿਹੜੀ ਕਿਤਾਬ ਆ ਤੁਸੀਂ? ਉਹ ਦੂਜਾ ਸਾਈਡ ਦਾ ਸਾਹਮਣਾ ਪਾਸਾ ਕਿਹੜਾ ਦਾ? ਕੰਪਿਊਟਰ ਦੀ ਬੁੱਕ ਹੈ, 5ਵੀਂ ਕਲਾਸ ਦੀ ਹੈ, ਤੇ ਇਹ ਜਦੋਂ ਮੈਂ ਲਈ ਤੇ ਮੈਂ ਇੱਥੋਂ ਪਿੱਛੋਂ ਸਕ੍ਰੈਚ ਕੀਤੀ ਤੇ ਥੱਲੇ 130 ਆਇਆ, ਪਰ ਉਹਨਾਂ ਨੇ 250 ਦੀ ਦਿੱਤੀ ਸੀ। ਸੋ ਤੁਸੀਂ ਦੇਖ ਸਕਦੇ ਹੋ ਕਿ ਕਿਤਾਬ ਦੇ ਉੱਪਰ ਜਿਹੜਾ ਓਰੀਜਨਲ ਪ੍ਰਿੰਟ ਹੈ ਉਹ 130 ਰੁਪਏ ਦਾ ਹੈ, ਔਰ ਜਦੋਂ ਕਿ ਇਸ ਦੇ ਨਾਲ ਦੀ ਜਿਹੜੀ ਕਿਤਾਬ ਦੁਕਾਨਦਾਰ ਵੱਲੋਂ ਜਾਲੀ ਰੇਟ ਲਾ ਕੇ ਇਸਨੂੰ ਵੇਚਿਆ ਜਾਂਦਾ ਤਾਂ 250 ਰੁਪਏ ਦੇ ਰੇਟ ਦੇ ਵਿੱਚ ਇਸ ਨੂੰ ਵੇਚਿਆ ਜਾਂਦਾ, ਔਰ ਇਸ ਪ੍ਰਿੰਟ ਨੂੰ ਜਦੋਂ ਸਕ੍ਰੈਚ ਕੀਤਾ ਜਾਂਦਾ ਤਾਂ ਇਸ ਦੇ ਨੀਚੇ ਤੋਂ 130 ਰੁਪਏ ਦਾ ਜਿਹੜਾ ਰੇਟ ਹੈ ਉਹ ਨਿਕਲਦਾ। ਬੇਟਾ ਇਹਨੂੰ ਕਰਕੇ ਦਿਖਾਓਗੇ ਤੁਸੀਂ ਪ੍ਰਿੰਟ, ਥੋੜ੍ਹਾ ਇਹਨੂੰ ਸਕ੍ਰੈਚ ਕਰਕੇ ਦਿਓਗੇ? ਸੋ ਤੁਸੀਂ ਦੇਖ ਸਕਦੇ ਹੋ, ਕਰ ਦਿਓ ਕੋਈ ਗੱਲ, ਹੋਰ ਸਾਰਾ ਕਰ ਦਿਓ, ਕੋਈ ਗੱਲ ਨਹੀਂ ਸਰ। ਤੁਸੀਂ ਦੇਖ ਸਕਦੇ ਹੋ 130 ਰੁਪਏ ਦਾ ਪ੍ਰਿੰਟ ਜਿਹੜਾ ਹੈ ਉਹ ਥੱਲੋਂ ਆਉਂਦਾ ਹੈ, ਔਰ ਜਦੋਂ ਇਸ ਨੂੰ ਕਿਤਾਬ ਦੇ ਉੱਪਰ ਜਿਹੜਾ ਹੈ ਉਹ ਜਾਲੀ ਪ੍ਰਿੰਟ 250 ਰੁਪਏ ਦਾ ਜਿਹੜਾ ਹੈ ਉਹ ਦੁਕਾਨਦਾਰਾਂ ਵੱਲੋਂ ਲਗਾ ਕੇ ਇਸ ਨੂੰ ਵੇਚਿਆ ਜਾਂਦਾ, ਔਰ ਬੱਚਿਆਂ ਦੀ ਵੱਡੀ ਲੁੱਟ ਖਸੁੱਟ ਜਿਹੜੀ ਕੀਤੀ ਜਾਂਦੀ ਹੈ। ਹਾਂਜੀ ਸਰ, ਕੀ ਨਾਂ ਜੀ ਆਪਣਾ? ਸਰਦਵਿੰਦਰ ਸਿੰਘ ਹੈ ਮੇਰਾ। ਤੇ ਇਹ ਗੁੜੀਆ ਤੁਹਾਡੀ ਹੈ ਜੀ? ਹਾਂਜੀ ਸਰ, ਮੇਰੀ ਬੇਟੀ। ਤੇ ਕੀ ਮਾਮਲਾ ਹੈ ਸਰ? ਸਰ ਇਹ ਦੇਖੋ, ਅਸੀਂ ਜਦੋਂ ਦੁਕਾਨ ਤੇ ਪੁੱਜੇ ਤੇ ਇਹ ਬੱਚੀ ਮੈਨੂੰ ਕਹਿੰਦੀ ਕਿ ਪਾਪਾ 130 ਦੀ ਬੁੱਕ ਆ। ਉਹਨਾਂ ਮੈਂ ਨਾ ਦੋ ਤਿੰਨ ਵਾਰੀ ਉਹਨੂੰ ਮੈਂ ਕਿਹਾ ਭਾਜੀ 130 ਦੀ, ਕਹਿੰਦਾ ਨਹੀਂ 130 ਦੀ ਨਹੀਂ 250 ਦੀ, ਜਿੱਥੋਂ ਮਰਜ਼ੀ ਪਤਾ ਕਰ ਲਓ 250 ਦੀ ਮਿਲਣੀ। ਮੈਂ ਸਰ ਹੋਰ ਦੁਕਾਨਾਂ ਤੇ ਪਤਾ ਕੀਤਾ, ਹੋਰ ਦੁਕਾਨ ਤੋਂ ਮੈਨੂੰ ਕਿਸੇ ਤੋਂ ਨਹੀਂ ਮਿਲੀ। ਫਿਰ ਮੈਂ ਆ ਗਿਆ, ਮੈਂ ਕਿਹਾ ਨਹੀਂ ਭਾਜੀ ਤੁਸੀਂ 250 ਦੀ ਦੇ ਦਿਓ। 250 ਦੀ ਲਿਆਂਦੀ ਤੇ ਬੱਚੀ ਮੇਰੀ ਕਹਿੰਦੀ ਨਹੀਂ ਪਾਪਾ ਇਹ ਗਲਤ ਕੀਤਾ ਗਿਆ, ਜੋ ਵੀ ਇਹ 250 ਦੀ ਬੁੱਕ ਨਹੀਂ ਹੈਗੀ। ਮੈਂ ਕਿਹਾ ਪੁੱਤ ਉੱਤੇ ਰੇਟ ਵੀ 250 ਆ। ਕਹਿੰਦੀ ਨਹੀਂ ਪਾਪਾ ਮੇਰੀ ਸਹੇਲੀ ਕੋਈ ਦੁਕਾਨ ਤੇ ਬੰਦਾ ਕੰਮ ਕਰਦਾ ਵਾ ਇਹਨਾਂ ਦੀ ਕਿਤਾਬਾਂ ਵਾਲੀ, ਤੇ ਉਹਨੇ ਖੜੀ ਸੀਗੀ ਕਿਤਾਬ, ਉਹਨੂੰ ਉਹਦਾ ਦੁਕਾਨ ਤੇ ਕੰਮ ਕਰਨ ਕਰਕੇ ਲਾ ਲਓ ਕਿਸੇ ਤਰ੍ਹਾਂ ਘੱਟ ਦੇਤੀ। ਤੇ ਜਦੋਂ ਅਸੀਂ ਘਰ ਆ ਕੇ ਵੇਖਿਆ ਇਹਨੇ ਆ ਕੇ ਤੇ ਉੱਤੇ ਆਪਣੇ ਨਹੁੰ ਨਾਲ ਸਕ੍ਰੈਚ ਕੀਤੀ ਕਿਤਾਬ, ਤੇ ਕਿਤਾਬ ਦੇ ਥੱਲੇ 130 ਨਿਕਲੇ ਤੇ ਮੈਨੂੰ ਕਹਿੰਦੀ ਪਾਪਾ ਵੇਖ ਲਾ ਤੁਸੀਂ, ਕਹਿੰਦੇ 250 ਦੀ ਤੇ 130 ਦੀ ਜੀ। ਤੇ ਸਰ ਫਿਰ ਅਸੀਂ ਜਦੋਂ ਉਹਨੂੰ ਦੁਕਾਨਦਾਰ ਨਾਲ ਝਗੜੇ, ਕਾਫੀ ਝਗੜੇ, ਤੇ ਉਹ ਸਾਨੂੰ ਪੈਸੇ ਦੇ, ਅਸੀਂ ਕਿਹਾ ਪੈਸੇ ਨਹੀਂ ਲੈਣੇ। ਚਲੋ ਉਦੋਂ ਮੇਰੇ ਕੋਲ ਮੌਕੇ ਦੇ ਕੁਛ ਨਹੀਂ ਸੀ, ਤੇ ਇਹਨਾਂ ਨੇ ਕੀਤਾ ਮੈਨੂੰ ਪੈਸੇ 120 ਰੁਪਏ ਵਾਪਸ ਕਰਤੇ ਵਾਪਸੀ। ਤੇ ਇਹ ਮੁੜ ਕੇ ਹੁਣ ਮੈਂ ਇੱਕ ਦੁਬਾਰਾ ਮਾਮਲਾ ਸਾਹਮਣੇ ਆਇਆ, ਹੋਰ ਕਿ ਬੱਚੇ ਨੇ ਕਿਤਾਬ ਖੜੀ ਆ, ਉਹਦੇ ਵਿੱਚ ਇਹਨਾਂ ਫਿਰ 250 ਦੀ ਕਿਤਾਬ ਦੇ ਦਿੱਤੀ ਉਹਨੂੰ। ਤੇ ਇਹ ਕਿਹੜੇ ਸਕੂਲ ਦੀ ਵਿਦਿਆਰਥਣ ਆ ਜੀ? ਕਿਹੜੇ ਸਕੂਲ ਪੜ੍ਹਦੀ? ਇਹ ਦਸਮੇ ਸਕੂਲ ਪੜ੍ਹਦੀ ਜੀ, ਦਸਮੇ ਸਕੂਲ ਦੀ ਵਿਦਿਆਰਥਣ ਆ। ਫਿਫਥ ਕਲਾਸ, ਪੰਜਵੀਂ ਕਲਾਸ। ਠੀਕ ਹੈ, ਤੇ ਕੀ ਲੱਗਦਾ ਹੈ ਤੁਹਾਨੂੰ ਇਹ ਦੁਕਾਨਦਾਰ ਵੱਲੋਂ ਲੁੱਟ ਸੁੱਟ ਕੀਤੀ ਜਾਂਦੀ ਹੈ, ਇਹਦੇ ਵਿੱਚ ਕੋਈ ਸਕੂਲ ਦੀ ਇਨਵੋਲਵਮੈਂਟ ਵੀ ਹੋ ਸਕਦੀ ਹੈ ਜੀ? ਸਰ ਹੋ ਸਕਦੀ, ਕੋਈ ਪਤਾ ਨਹੀਂ, ਹੋ ਸਕਦੀ ਹੈ ਸਕੂਲ ਦੀ ਵੀ, ਹੋ ਸਕਦੀ ਹੈ। ਤੇ ਜਦੋਂ ਮੈਂ ਆਡੀਓ ਦੀ ਵੀਡੀਓ ਬਣਾਈ ਆ, ਵੀਡੀਓ ਤੋਂ ਭਜਦਾ ਸੀਗਾ, ਕਹਿੰਦਾ ਮੇਰੇ ਕੋਲ ਤੁਸੀਂ ਕਿਤਾਬ ਹੀ ਨਹੀਂ ਖੜੀ। ਫਿਰ ਮੈਂ ਜਦੋਂ ਕਾਫੀ ਚਲੋ ਬੋਲਬਾਲਾ ਆ, ਫਿਰ ਇਹਨੇ ਮੈਨੂੰ ਪੈਸੇ ਵਾਪਸ ਦੇ ਤੇ 120 ਰੁਪਈਏ। ਪਰ ਇਹ ਸਰ ਇਹ ਤੇ ਮੇਰੇ ਨਾਲ ਨਹੀਂ, ਹੋਰ ਵੀ ਬਹੁਤ ਜ਼ਿਆਦਾ ਬੱਚਿਆਂ ਨਾਲ ਲੁੱਟ ਖਸੁੱਟ ਕਰ ਰਹੇ ਆ, ਇਹ ਕਰਕੇ ਮੈਂ ਅਸੀਂ ਮਾਮਲਾ ਜ਼ਰੂਰ ਸਾਹਮਣੇ ਹਰ ਇੱਕ ਦੇ ਧਿਆਨ 'ਚ ਲਿਆਉਣਾ ਚਾਹੁੰਦੇ ਹਾਂ ਕਿ ਵੇਖੋ ਇਹ ਕੀ ਬਣ ਰਿਹਾ ਜੀ। ਆਪਦੀ ਸਰਕਾਰ ਆਉਣ ਦੇ, ਸਾਡੀ ਆਪਣੀ ਸਰਕਾਰ ਖੁੱਦੇ ਹੁੰਦਿਆਂ ਵੀ ਕੰਮ ਫਿਰ ਉਹੀ ਕਰੀ ਜਾਂਦੇ, ਦੁਕਾਨਦਾਰ ਲੁੱਟ ਖਸੁੱਟ ਕਰਨ ਨੂੰ ਨਹੀਂ ਹਟਦੇ। ਕੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਇਸ ਮਾਮਲੇ ਲੈ ਕੇ? ਸਰ ਇਹ 'ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ, ਸਖ਼ਤ ਤੋਂ ਸਖ਼ਤ ਕਾਰਵਾਈ ਹੋਏ, ਤੇ ਹੋ ਸਕਦਾ ਵੀ ਦੁਕਾਨਦਾਰ ਨੂੰ ਪੂਰੀ ਸਖ਼ਤ ਕਾਰਵਾਈ ਕੀਤੀ ਜਾਵੇ ਉੱਤੇ ਦੁਕਾਨਦਾਰ ਦੀ। ਸੋ ਸਾਡੇ ਨਾਲ ਆਪ ਪਾਰਟੀ ਦੇ ਹੋਰ ਵੀ ਜਿਹੜੇ ਆਗੂ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ। ਸਰ ਇਹ ਮਾਮਲਾ ਜਿਹੜਾ ਸਕੂਲਾਂ ਦੇ ਵਿੱਚ ਬੱਚਿਆਂ ਦੀ ਲੁੱਟ ਖਸੁੱਟ ਨੂੰ ਲੈ ਕੇ ਸਾਹਮਣੇ ਆਇਆ, ਕਿਸ ਤਰ੍ਹਾਂ ਵੇਖਦੇ ਹੋ ਤੁਸੀਂ? ਇਹ ਜੀ ਬਹੁਤ ਮਤਲਬ ਮਾੜਾ ਹੋ ਰਿਹਾ ਵਾ,
सरदार भगत सिंह मंत्रियों ने ध्यान लियावे कि जे लुट खसुट जी है ये बच्चों जिदा पिछले पुराने सरकार कर दया रही वा वह हूँ तुरै आन दिया वा तो ये मतलब नहीं होना चाहिए तो ये अं उन्हें ध्यान जरूर लियावे क्योंकि सानू बर्दाश्त नहीं हो रहा तो इस करके अं उन्हें ध्यान जरूर लिया। सो सर्कल प्रधान साढ़े नाल आप पार्टी के राजविंदर सिंह लाडी भी मौजूद ने। लाडी जी ये मामला तुसी सारा देखिया है कि बच्चे की किस तरह किताब के नाल वो छेड़छाड़ रेट के नाल करके 130 रुपए वाली किताब 250 च वेची गई है। सरकार तो की मंग करते हो तुसी? सरकार तो यही मंग करते हैं जी, अं सीएम साहब भगवंत साहब नूं बेनती करते हैं जी कि जो भी मामला सामने आया जी इसनूं ध्यान च लिया के दुकानदार दे उत्ते कार्रवाई की जाए कि साडे बहते चौंक दे बलवान मल्होत्रा बुक स्टोर है जी उत्ते कार्रवाई की जाए। होर ही साडा जिन्नियां भी दुकानां साडे पंजाब दे विच इदां किन्नियां ठगियां ठोरियां करदे आ जी सीएम साहब नूं बेनती करांगे जी इहदे विच ध्यान दे विच लैंदी जाए। तुहानू की लगता है कि स्कूल वाले भी इस दे नाल रले हो सकते ने जां कल्ला ये दुकानदार दी ये रै मर्जी दे नाल होया सारा? ये जी हो सकता भी दुकानदार दे नाल स्कूलां वाले नाल रले होण ते जरूर ध्यान च लैंदी जावे गल, सीएम साहब नूं बेनती करांगे। सो तुसीं देखिया है कि एक पंजवीं जमात की विद्यार्थन है जिसने दुकानदार तो दुकान तो अपनी जिहड़ी है किताब खरीदी है और इसका 130 रुपए जो ओरिजिनल प्रिंट है पर दुकानदार वालों उस दे नाल छेड़छाड़ करके उसके उपर 250 रुपए प्रिंट जिहड़ा है वह कर दिता गया और जब उसनों स्क्रैच किया गया तो उस दिन इसमें 130 रुपए प्रिंट सामने आने से जिहड़ा है ये मामला सामने आया है। इन्हां लोगों की अपील है भगवंत मान साहब नूं मुख्यमंत्री पंजाब नूं अपील की है कि उन्होंने भावें बड़े तरीके दे नाल सरकार प्राइवेट स्कूलों के उत्ते बच्चों की लुट खसुट नूं रोकण दे लई सख्त लगाम कसी है पर अजे भी चोर रस्ते दे राहीं जिहड़ी है बच्चों की लुट खसुट ज्यों दी त्यों जारी है और इन्हां दा मंग है कि भगवंत मान सरकार जिहड़ी है इस दे खिलाफ़ भी वड्डी कार्रवाई करे। कैप्टन सिंह जगमणी टीवी मेहता चौंक अमृतसर।